ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਹਿਬੇ ਕਮਾਲ ਵਾਲੀ ਦੋ ਜਹਾਨ ਸਰਵੰਸ ਦਾਨੀ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜੋਤ ਜਗਾਰੇ ਸਨ, ਵੱਡੇ ਭਾਗੀਆਂ ਸੰਗਤਾਂ ਹਰ ਰੋਜ਼ ਸਤਿਗੁਰਾਂ ਦੇ ਪਾਵਨ ਦਰਬਾਰ ਪਹੁੰਚ ਕੇ ਨਿੱਤਾ ਪ੍ਰਤੀ ਲਾਹਾ ਪ੍ਰਾਪਤ ਕਰ ਰਹੀਆਂ ਨੇ, ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਤ੍ਰਿਪੁਰਾ ਦਾ ਯੁਵਰਾਜ ਰਾਜਾ ਰਤਨ ਰਾਏ ਆਪਣੀ ਮਾਤਾ ਸਮੇਤ ਪਹੁੰਚੇ। ਉਹਦਾ ਕਾਰਨ ਕੀ ਸੀ? ਇਹ ਨੌਜਵਾਨ ਹੋਣਹਾਰ ਰਾਜਾ ਰਤਨ ਰਾਏ ਇੱਕ ਦਿਨ ਸ਼ੀਸ਼ੇ ਵਿੱਚ ਆਪਣਾ ਚਿਹਰਾ ਮੋਹਰਾ ਵੇਖ ਕੇ ਵਾਲ ਸਵਾਰਦਾ ਆਪਣੀ ਮਾਤਾ ਜੀ ਨੂੰ ਜਾ ਕੇ ਪੁੱਛਦਾ, ਮਾਂ ਮੇਰੇ ਇਹ ਮੱਥੇ 'ਤੇ ਕਿਸ ਚੀਜ਼ ਦੀ ਨਿਸ਼ਾਨੀ ਹੈ, ਮੈਨੂੰ ਸਮਝ ਨਹੀਂ ਲੱਗਦੀ। ਮਾਤਾ ਨੇ ਇਸ ਗੱਲ 'ਤੇ ਬੜਾ ਫਖਰ ਮਹਿਸੂਸ ਕਰਦਿਆਂ ਦੱਸਿਆ, ਪੁੱਤਰ ਜੀ ਇਹ ਬੜਾ ਇਤਿਹਾਸਕ ਬਿਰਤਾਂਤ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਪਿਤਾ ਦੀ ਇੱਛਾ 'ਤੇ ਬੇਨਤੀ ਕਰਨ 'ਤੇ ਕਿ ਜਿਸ ਬਾਲਕ ਨੇ ਤੁਹਾਡੇ ਘਰ ਜਨਮ ਲੈਣਾ ਉਸ ਬਾਲਕ ਦੇ ਮੱਥੇ 'ਤੇ ਇਸ ਮੋਹਰ ਨੁਮਾ ਚਿੰਨ ਹੋਣਗੇ, ਔਰ ਇਸ ਗੱਲ ਦੀ ਸਾਨੂੰ ਤਸੱਲੀ ਕਿ ਉਸ ਦਿਨ ਤੋਂ ਬਾਲਕ ਪੁੱਤਰ ਜੀ ਤੇਰੇ ਮੱਥੇ 'ਤੇ ਇਹ ਜਨਮ ਤੋਂ ਹੀ ਇਵੇਂ ਦਾ ਨਿਸ਼ਾਨ ਹੈ ਜੋ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਸੀਸ ਅਤੇ ਅਸ਼ੀਰਵਾਦ ਸਦਕਾ ਤੇਰਾ ਜਨਮ ਹੋਇਆ। ਆਪਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਸ਼ੁਕਰਾਨਾ ਕੀਤਾ, ਪਰ ਸਬੱਬੀ ਕੀ ਹੋਇਆ? ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋ ਚੁੱਕੀ ਹੈ। ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੇ ਸਤਿਗੁਰਾਂ ਨੂੰ ਦਿੱਲੀ ਸੱਦ ਕੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ, ਪਰ ਹੁਣ ਉਹਨਾਂ ਦੀ ਗੁਰਗੱਦੀ ਦੇ ਮਾਲਕ ਵਾਰਸ ਉਹਨਾਂ ਦੇ ਫਰਜ਼ੰਦ ਉਹਨਾਂ ਦੇ ਬੇਟੇ ਗੋਬਿੰਦ ਰਾਏ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਨ। ਤਾਂ ਪੁੱਤਰ ਰਾਜਾ ਰਤਨ ਰਾਏ ਨੇ ਹੱਥ ਜੋੜੇ ਸ਼ੁਕਰਾਨਾ ਕੀਤਾ, ਮਾਂ ਐਸੇ ਮਹਾਨ ਰਹਿਬਰ ਦੇ ਆਪਾਂ ਨੂੰ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ। ਆਪਾਂ ਉਹਨਾਂ ਦਾ ਧੰਨਵਾਦ ਕਰਨ ਚੱਲੀਏ, ਉਹਨਾਂ ਦਾ ਕੋਟਾਨ ਕੋਟ ਵਾਰ ਸ਼ੁਕਰਾਨਾ ਕਰੀਏ। ਤੁਰੰਤ ਤਿਆਰੀਆਂ ਆਰੰਭ ਹੋ ਗਈਆਂ, ਜਿੱਥੇ ਰਾਣੀ ਸਵਰਣਮਤੀ ਨੇ ਆਪਣੇ ਪੁੱਤਰ ਦੀ ਇਸ ਇੱਛਾ 'ਤੇ ਬੜੀ ਖੁਸ਼ੀ ਜਿਤਾਈ, ਉੱਥੇ ਕੀਮਤੀ ਵਸਤੂਆਂ ਜਿਨ੍ਹਾਂ ਵਿੱਚ ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ, ਚੰਦਨ ਦੀ ਚੌਂਕੀ ਅਤੇ ਹੋਰ ਕਿੰਨੇ ਕੀਮਤੀਆਂ ਵਸਤਾਂ ਜਿਨ੍ਹਾਂ ਵਿੱਚ ਪੰਜ ਕੋਤਲ ਘੋੜੇ ਆਦਿਕ ਅਨੇਕ ਕੁਝ ਜਿਨ੍ਹਾਂ ਦਾ ਵਰਣਨ ਕਰਨਾ ਵੀ ਬੜਾ ਮੁਸ਼ਕਲ ਹੈ। ਇੰਨੀਆਂ ਵਸਤਾਂ ਸਮੇਤ ਫੌਜਾਂ ਸਿਪਾਹੀਆਂ ਦੇ ਸਭ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਏ। ਇੱਥੇ ਪਹੁੰਚ ਕੇ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਦਰਸ਼ਨ ਦਿਦਾਰ ਕਰਨ ਲਈ ਬੇਨਤੀ ਭੇਜੀ। ਸਤਿਗੁਰੂ ਬੜੇ ਖੁਸ਼ ਹੋਏ ਕਿ ਇਵੇਂ ਦੀ ਭਾਵਨਾ ਲੈ ਕੇ ਇੰਨੇ ਲਾਮ ਲਸ਼ਕਰਾਂ ਸਮੇਤ ਭਾਵਨਾ ਨਾਲ ਇੰਨੀ ਦੂਰੋਂ ਅਸਾਮ ਤ੍ਰਿਪੁਰਾ ਦੇ ਇਲਾਕੇ ਤੋਂ ਚੱਲ ਕੇ ਆਉਣ ਵਾਲੇ ਰਾਜੇ ਦਾ ਸ਼ਰਧਾ ਭਾਵਨਾ, ਉਹਦਾ ਖਿਆਲ ਵਿਚਾਰ ਕਿਵੇਂ ਦਾ ਹੋਵੇਗਾ? ਉਹ ਸਤਿਗੁਰਾਂ ਦੀ ਹਜ਼ੂਰੀ ਜਦੋਂ ਸਾਰੀਆਂ ਕੀਮਤੀ ਵਸਤੂਆਂ ਭੇਟਾਵਾਂ ਕੀਤੀਆਂ, ਅਰਪਣ ਕੀਤੀਆਂ, ਸਤਿਗੁਰੂ ਪਾਤਸ਼ਾਹ ਜੀ ਨੂੰ ਉਹਨਾਂ ਨੇ ਨਿਮਰਤਾ ਸਹਿਤ ਸਾਰੀ ਵਾਰਤਾ ਸੁਣਾਈ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਨਾਂ ਦੀ ਸਾਦਰ ਭੇਟ, ਸਨਮਾਨ ਅਤੇ ਸਤਿਕਾਰ ਨੂੰ ਵੇਖ ਕੇ, ਉਹਨਾਂ ਦੀਆਂ ਭਾਵਨਾਵਾਂ ਨੂੰ ਵੇਖ ਕੇ, ਜਿੱਥੇ ਹੋਰ ਬਚਨ ਵਿਚਾਰ ਸਾਂਝੇ ਹੋਏ ਉੱਥੇ ਰਾਜਾ ਰਤਨ ਰਾਏ ਨੇ ਗੁਰਦੇਵ ਜੀ ਦੇ ਦੀਦਾਰ ਪਾ ਕੇ ਆਪਣੀ ਆਤਮਿਕ ਅਨੰਤਤਾ, ਆਪਣੀ ਖੁਆਇਸ਼, ਆਪਣੀ ਇੱਛਾ ਵੀ ਜਿਤਾ ਦਿੱਤੀ, ਔਰ ਉਹ ਚਿੰਨ ਵਿਖਾਇਆ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਦੌਲਤ ਮੇਰਾ ਸੰਸਾਰ 'ਤੇ ਜਨਮ ਹੋਇਆ। ਮੈਂ ਆਪ ਜੀ ਦੇ ਦਰ ਕਰਦਾ ਸਦੀਵ ਕਾਲ ਹਮੇਸ਼ਾ ਰਿਣੀ ਰਹੂੰਗਾ। ਮੈਂ ਆਪ ਜੀ ਦਾ ਕੋਟਾਨ ਕੋਟ ਵਾਰ ਸ਼ੁਕਰਾਨਾ ਕਰਨ ਵਾਸਤੇ ਆਇਆ। ਸਤਿਗੁਰੂ ਮੇਰੇ 'ਤੇ ਕਿਰਪਾ ਕਰੋ, ਰਹਿਮਤ ਕਰੋ। ਮਹਾਰਾਜ ਜੀ ਦੀ ਇੰਨੀ ਖੁਸ਼ੀ ਹੋਈ ਕਲਗੀਧਰ ਪਾਤਸ਼ਾਹ ਜੀ ਦੀ, ਅਤੇ ਕੁਝ ਮਹੀਨੇ ਜਿੱਥੇ ਰਾਜਾ ਰਤਨ ਰਾਏ ਆਪਣੀ ਪੂਜਨੀਕ ਮਾਤਾ ਸਵਰਣਮਤੀ ਸਮੇਤ ਆਪਣੇ ਅਧਿਕਾਰੀ ਕਰਮਚਾਰੀਆਂ ਦੇ ਇੱਥੇ ਰਹਿ ਕੇ ਰੋਜ਼ ਸਤਸੰਗ ਦਾ ਆਨੰਦ ਮਾਣਦੇ ਹਨ, ਉੱਥੇ ਗੁਰੂ ਦੀਆਂ ਸੰਗਤਾਂ ਦੀ ਹੱਥੀਂ ਸੇਵਾ ਕਰਨੀ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਦਰਬਾਰ 'ਚ ਰਹਿ ਕੇ ਆਪਣਾ ਜਨਮ ਜੀਵਨ ਸਫਲਾ ਕਰਨ ਦਾ ਰਹੱਸ ਪ੍ਰਾਪਤ ਕੀਤਾ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੁਆਓ ਇਵੇਂ ਕਲਗੀਧਰ ਪਾਤਸ਼ਾਹ ਜੀ ਹਰ ਰੋਜ਼ ਇਸ ਦੇਸ਼ ਦੀ ਧਰਤੀ 'ਤੇ ਵਿਚਰਦਿਆਂ ਅਣਗਿਣਤ ਲੋਕਾਂ ਦਾ ਭਲਾ ਕਰਦੇ ਹੈ।
ਵੱਡੇ ਭਾਗਾਂ ਵਾਲੇ ਸਤਿਗੁਰਾਂ ਦੇ ਪਾਵਨ ਦਰਬਾਰ ਸ੍ਰੀ ਅਨੰਦਪੁਰ ਸਾਹਿਬ ਹਾਜ਼ਰ ਹੋ ਕੇ ਗੁਰਦੇਵ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਭੁੱਲ ਚੁੱਕ ਦੀ ਖਿਮਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।